ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਗੁਰਪਾਣੀ ਕਥਾ ਵਿਚਾਰ ਇੱਕ ਵਾਰ ਇੱਕ ਮਨੁੱਖ ਆਪਣੇ ਸਾਰੇ ਪਿੰਡ ਦੇ ਲੋਕਾਂ ਨੂੰ ਦੱਸ ਰਿਹਾ ਹੁੰਦਾ ਹੈ ਕਿ ਮੈਂ ਹੁਣ ਇਹ ਪਿੰਡ ਦੀ ਜ਼ਿੰਦਗੀ ਛੱਡ ਕੇ ਸ਼ਹਿਰ ਚਲੇ ਜਾਣਾ ਮੈਂ ਬੜੇ ਸਾਲ ਇੱਤੇ ੱੱਕੇ ਖਾਲੇ ਜਦੋਂ ਮੈਂ ਇੱਥੋਂ ਚਲਾ ਗਿਆ ਮੈਂ ਇੱਥੇ ਮੁੜ ਨਹੀਂ ਆਉਣਾ ਮੇਰੇ ਪੁੱਤ ਨੇ ਮੈਨੂੰ ਸ਼ਹਿਰ ਲੈ ਜਾਣਾ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਬੜੀ ਸੁਖਾਲੀ ਹੋ ਜਾਣੀ ਉਹ ਸਾਰੇ ਪਿੰਡ ਵਿੱਚ ਦੱਸਦਾ ਹੁੰਦਾ ਇੰਨੇ ਨੂੰ ਉਹਦਾ ਪੁੱਤ ਆ ਜਾਂਦਾ ਹੈ ਉਹ ਦੇ ਲਈ ਉਚੋਭੀ ਉਹਦੀ ਪਸੰਦਾ ਖਾਣਾ ਹੁੰਦਾ ਉਹ ਬਣਾ ਕੇ ਰੱਖਦਾ ਕਹਿੰਦੇ ਪੁੱਤ ਮੈਂ ਤੇਰੇ ਲਈ ਖਾਣਾ ਤੇ ਬਣਾਇਆ ਪਰ ਤੇਰੀ ਮਾਂ ਵਰਗਾ ਨਹੀਂ ਬਣਾ ਸਕਿਆ ਤੇਰੀ ਮਾਂ ਦੇ ਗੁਜਰ ਜਾਣ ਤੋਂ ਬਾਅਦ ਜਿਵੇਂ ਦਾ ਵੀ ਮੈਨੂੰ ਬਣਾਉਣਾ ਆਇਆ ਉਹ ਮੈਂ ਬਣਾ ਲਿਆ ਉਹਦੀ ਏ ਕਿਸਮਤ ਵੇਖ ਕੇ ਉਸ ਮਨੁੱਖ ਦੀ ਉਹਦੇ ਆਂਡੀ ਗਵੰਦੀ ਵੀ ਬੜਾ ਉਸ ਤੋਂ ਸਾੜਾ ਕਰਦੇ ਆ ਵੀ ਵੇਖ ਹੁਣ ਇਹ ਵੀ ਜਾ ਕੇ ਸ਼ਹਿਰ ਰਵੇਗਾ ਅਤੇ ਕਈ ਕੁਝ ਉਸਦੇ ਬਾਰੇ ਬੋਲਦੇ ਉਹਦਾ ਪੁੱਤ ਖਾਣਾ ਖਾ ਕੇ ਅਤੇ ਦੋਵੇਂ ਗੱਲਾਂ ਕਰਨ ਲੱਗ ਜਾਂਦੇ ਨੇ ਮਨੁੱਖ ਕਹਿੰਦਾ ਪੁੱਤ ਤੂੰ ਮੈਨੂੰ ਇੱਥੋਂ ਲੈ ਕੇ ਚੱਲਣਾ ਮੈਂ ਬੜਾ ਜ਼ਿਆਦਾ ਖੁਸ਼ ਆ ਜੇ ਮੈਂ ਤੈਨੂੰ ਮਿਹਨਤ ਕਰਕੇ ਪੜਾਇਆ ਤੇ ਤੂੰ ਉਹਦਾ ਅੱਜ ਮੁੱਲ ਮੋੜ ਦਿੱਤਾ ਜੇ ਮੈਂ ਤੈਨੂੰ ਪੜਾਉਂਦਾ ਤੇ ਤੂੰ ਪੜ੍ਹਦਾ ਹੀ ਨਾ ਤੇ ਆਪਾਂ ਦੋਵਾਂ ਨੇ ਇੱਥੇ ੱੱਕੇ ਖਾਣੇ ਸੀ ਉਹ ਐਵੇਂ ਗੱਲਾਂ ਕਰੀ ਜਾ ਰਹੇ ਸੀ ਕਹਿੰਦੇ ਮੈਨੂੰ ਤੇਰੇ ਤੇ ਬੜਾ ਨਾਜ਼ ਐਵੇਂ ਗੱਲਾਂ ਕਰਦੇ ਕਰਦੇ ਉਹਦਾ ਪੁੱਤ ਕਹਿੰਦਾ ਬਾਪੂ ਜੀ ਹੁਣ ਤੁਸੀਂ ਮੇਰੇ ਨਾਲ ਸ਼ਹਿਰ ਚਲੇ ਜਾਣਾ ਤੇ ਇੱਥੇ ਪਿੰਡ ਵਾਲੇ ਘਰ ਕਿਸੇ ਨਹੀਂ ਰਹਿਣਾ ਹੈਗਾ ਜਿਹੜੀ ਆਪਣੀ ਜ਼ਮੀਨ ਹੈ ਉਹਦੇ ਵੀ ਕਿਸੇ ਖਿਆਲ ਨਹੀਂ ਰੱਖਣਾ ਤੇ ਐਵੇਂ ਹੀ ਆਪਣੇ ਲੋਕਾਂ ਨੇ ਦੱਬ ਲੈਣੀਏ ਤੇ ਘਰ ਵੀ ਆਪਣਾ ਕਬਜ਼ਾ ਕਰ ਲੈਣਾ ਕਿਉਂ ਨਾ ਆਪਾਂ ਇਹ ਵੇਚ ਵਟ ਕੇ ਤੇ ਤੁਸੀਂ ਆਪਣੇ ਕੋਲ ਰੱਖ ਲਿਓ ਇਹ ਪੈਸੇ ਜਦੋਂ ਤੁਹਾਨੂੰ ਜ਼ਰੂਰਤ ਹੋਈ ਉਦੋਂ ਤੁਸੀਂ ਵਰਤ ਲਿਓ ਓਕੇ ਨਾ ਪੁੱਤ ਜਿਵੇਂ ਤੂੰ ਕਵੇਂ ਕਿਉਂਕਿ ਮੈਂ ਤੇ ਇੱਥੇ ਆਉਣਾ ਨਹੀਂ ਤੇ ਐਵੇਂ ਇੰਨਾ ਤੇਰਾ ਜਿਹੜਾ ਘਰ ਹੈ ਉਹ ਕਬਜ਼ਾ ਕਰ ਲੈਣਾ ਚਲ ਠੀਕ ਹੈ ਐਵੇਂ 2-3 ਦਿਨਾਂ ਵਿੱਚ ਸਾਰੀ ਜ਼ਮੀਨ ਵੀ ਵੇਚ ਦਿੱਤੀ ਜੋ ਘਰ-ਬਾਰ ਸੀ ਉਹ ਵੀ ਵੇਚ ਕੇ ਤੇ ਪੈਸੇ ਉਹ ਮੁੰਡੇ ਨੇ ਆਪਣੇ ਕੋਲ ਰੱਖ ਲਏ। ਪਹਿਲੇ ਦਿਨ ਉਹ ਆਪਣੇ ਘਰੋਂ ਉੱਥੋਂ ਨਿਕਲਦੇ ਨੇ ਤੇ ਜਾਂਦੇ ਨੇ। ਉਹ ਜਿਸ ਬੱਸ ਵਿੱਚ ਜਾ ਰਹੇ ਹੁੰਦੇ ਨੇ ਉਹ ਬੱਸ ਪੂਰੀ ਤਰ੍ਹਾਂ AC ਵਾਲੀ ਹੁੰਦੀ। ਉਹ ਜੋ ਸੀਟ ਆ ਉਹ ਲੰਬੀ ਕਰਿਆ ਆਰਾਮ ਨਾਲ ਸੇ ਲੰਮੇ ਪੈ ਸਕਦੇ ਸੀ। ਉਹ ਬੱਸ ਦੇ ਵਿੱਚ ਇੱਕ ਥਾਂ ਜਾ ਕੇ ਰੁਕਦੀ ਐ। ਉਹਦੀ ਸੀਟ ਨੂੰ ਲੰਮੇ ਕਰ ਦਿੰਦੇ ਨੇ ਤੇ ਕਹਿੰਦੇ ਬਾਪੂ ਜੀ ਆਓ ਤੇ ਆਪਾਂ ਇੱਥੇ ਖਾਣਾ ਖਾਂਦੇ ਆ। ਉਹਨੂੰ ਰੋਟੀ ਖਵਾਉਣ ਲਈ ਲੈ ਕੇ ਜਾਂਦੇ ਜਦੋਂ ਰੋਟੀ ਖਵਾਉਣ ਲਈ ਲੈ ਕੇ ਜਾਂਦੇ ਨੇ ਤਾਂ ਉਹਨੇ ਉਹ ਥਾਂ ਪਹਿਲੀ ਵਾਰ ਵੇਖੀ ਹੁੰਦੀ ਕਹਿੰਦਾ ਪੁੱਤ ਜੇ ਤੂੰ ਮੈਨੂੰ ਸ਼ਹਿਰ ਨਾ ਲੈ ਕੇ ਆਇਆ ਹੁੰਦਾ ਤੇ ਵੇਖੀ ਆਹ ਜਿਹੜੀ ਥਾਂ ਹੈ ਇਹ ਤਾਂ ਕਦੀ ਵੀ ਵੇਖੀ ਮੈਂ ਵੇਖਣੀ ਹੋਈ ਨਹੀਂ ਸੀ ਹੈਗੀ ਉਹਦਾ ਜੋ ਮੁੰਡਾ ਹੈ ਉਹ ਥੋੜਾ ਥੋੜਾ ਹੱਸਦਾ ਉਹ ਖਾਣਾ ਖਾ ਕੇ ਤੇ ਫਿਰ ਬੱਸ ਵਿੱਚ ਜਾ ਕੇ ਬੈਠ ਜਾਂਦੇ ਨੇ ਹੁਣ ਅੱਗੇ ਜਾਂਦੇ ਨੇ ਅੱਗੇ ਜਾ ਕੇ ਤੇ ਬੱਸ ਫਿਰ ਇੱਕ ਦੋ ਘੰਟਿਆਂ ਬਾਅਦ ਇੱਕ ਥਾਂ ਤੇ ਰੁਕਦੀ ਕਹਿੰਦੇ ਬਾਪੂ ਜੀ ਤੁਸੀਂ ਇੱਥੇ ਰੁਕੋ ਤੇ ਮੈਂ ਹੁਣੇ ਤੁਹਾਡੇ ਲਈ ਚਾਹ ਲੈ ਕੇ ਆਉਣਾ ਚਾਹ ਲੈ ਕੇ ਜਾਂਦੇ ਹਨ ਉਹਦਾ ਪੁੱਤਰ ਤਾਂ ਬੜਾ ਜ਼ਿਆਦਾ ਸਮਾਂ ਲੱਗ ਜਾਂਦਾ ਤੇ ਉਹਦੇ ਬਾਪੂ ਜੀ ਬੜਾ ਜ਼ਿਆਦਾ ਘਬਰਾ ਜਾਂਦੇ ਨੇ ਜਦੋਂ ਚਾਹ ਲੈ ਕੇ ਵਾਪਸ ਆਉਂਦਾ ਹੈ ਅਤੇ ਕਹਿੰਦਾ ਵੀ ਮੈਂ ਬੜਾ ਜ਼ਿਆਦਾ ਘਬਰਾ ਗਿਆ ਸੀ ਉਹ ਕਹਿੰਦੇ ਕੀ ਹੋ ਗਿਆ ਉਹਨੇ ਪਾਣੀ ਦਿੱਤਾ ਤੇ ਉਹਨੂੰ ਕੁਝ ਰਾਹਤ ਮਿਲੇ ਪਾਣੀ ਪੀ ਕੇ ਚਾਹ ਪੀਤੀ ਤੇ ਉਹਨੇ ਕਿਹਾ ਕਿ ਬਾਪੂ ਜੀ ਤੁਸੀਂ ਸੋ ਜੋ ਹਜੇ ਤਾਂ ਸਾਰੀ ਰਾਤ ਲੰਘ ਜਾਣੀ ਹੈ ਉਸ ਤੋਂ ਬਾਅਦ ਕਿਤੇ ਜਾ ਕੇ ਆਪਾਂ ਆਪਣੇ ਸ਼ਹਿਰ ਅਪੜਨੇ ਉਹਨੇ ਜਦੋਂ ਚਾਹ ਪੀਤੀ ਤੇ ਉਹ ਬੜੀ ਗਹਿਰੀ ਨੀਂਦ ਸੋ ਗਏ ਉਜਾ ਦੇ ਸੁੱਤੇ ਤੇ ਉਸ ਤੋਂ ਬਾਅਦ ਰਾਤ ਦਾ ਲਗਭਗ 12:00 ਵਜੇ ਦਾ ਸਮਾਂ ਹੋਏਗਾ ਤੇ ਉੱਠ ਗਿਆ ਉਸ ਦਿਨ ਉਹਦਾ ਮੁੰਡਾ ਜਾਗਦਾ ਪਿਆ ਸੀ ਉਹ ਕਹਿੰਦਾ ਜਦੋਂ ਉੱਠਿਆ ਤੇ ਉਹ ਕਹਿੰਦਾ ਬਾਪੂ ਜੀ ਕਿਉਂ ਤੁਹਾਨੂੰ ਨੀਂਦ ਨਹੀਂ ਆ ਰਹੀ ਇੱਥੇ ਕਹਿੰਦੇ ਨਹੀਂ ਮੈਨੂੰ ਤਾਂ ਬਹੁਤ ਸੁਖਦ ਨੀਂਦ ਆ ਰਹੀ ਐਵੇਂ ਦੀ ਨੀਂਦ ਤਾਂ ਮੈਨੂੰ ਕਦੇ ਨਹੀਂ ਆਈ ਫਿਰ ਕਹਿੰਦੇ ਤੁਸੀਂ ਉੱਠ ਕਿਉਂ ਗਏ ਕਹਿੰਦੇ ਨੀਂਦ ਤਾਂ ਪਹਿਲਾਂ ਨਹੀਂ ਸੀ ਆਉਂਦੀ ਜਦ ਤੂੰ ਮੇਰੇ ਕੋਲ ਨਹੀਂ ਸੀ ਹੈਗਾ ਜਦ ਤੂੰ ਅੱਖਾਂ ਤੋਂ ਔਲਾਦ ਔਲੇ ਹੁੰਦੀ ਹੈ ਨਾ ਤੇ ਮਾਪਿਆਂ ਨੂੰ ਨੀਂਦ ਨਹੀਂ ਆਉਂਦੀ ਅੱਜ ਤਾਂ ਤੂੰ ਅੱਖਾਂ ਦੇ ਸਾਹਮਣੇ ਹੈ ਬੜੀ ਸੋਹਣੀ ਨੀਂਦ ਆਈ ਪਹਿਲਾਂ ਤਾਂ ਮੈਂ ਦੇਰ ਰਾਤ ਬਾਅਦ ਸੌਂਦਾ ਸੀ ਤੇ ਰਾਤ ਜੋ ਸਵੇਰੇ ਉਹ ਵੀ ਬੜੀ ਲੇਟ ਉੱਠਦਾ ਸੀ ਪਰ ਹੁਣ ਕੀ ਹੈ ਵੀ ਹੁਣ ਤੋਂ ਮੇਰੇ ਅੱਖਾਂ ਸਾਹਮਣੇ ਆ ਤੇ ਮੇਰੀ ਨੀਂਦ ਪੂਰੀ ਹੋ ਗਈ ਓਕੇ ਪਾਣੀ ਦੀ ਬੋਤਲ ਉਹਨੂੰ ਦਿੰਦਾ ਹੈ ਤੇ ਕਹਿੰਦਾ ਵੀ ਬਾਪੂ ਜੀ ਇਹ ਪੀ ਲਓ ਉਹ ਪਾਣੀ ਪੀ ਕੇ ਤੇ ਉਹ ਸੋ ਜਾਂਦਾ ਹੁਣ ਉਸਨੂੰ ਪਤਾ ਹੀ ਨਹੀਂ ਲੱਗਦਾ ਸਵੇਰੇ ਜਿੱਥੇ ਜਾ ਕੇ ਬੱਸ ਖੜਦੀ ਹੈ ਤਾਂ ਉਹ ਜੋ ਬੱਸ ਦਾ ਕੰਡਕਟਰ ਹੁੰਦਾ ਉਹਨੂੰ ਬੜੇ ਹਲੂਣੇ ਦੇ ਕੇ ਤੇ ਉਹਨੂੰ ਉਠਾਉਂਦਾ ਕਹਿੰਦਾ ਬਾਪੂ ਜੀ ਬਜ਼ੁਰਗੋ ਉਠੋ ਉਜਾਦ ਉੱਠਦਾ ਤੇ ਆਸੇ-ਪਾਸੇ ਦੇਖਦਾ ਉਹ ਦੇਖਦਾ ਵੀ ਨਾ ਤਾਂ ਉਹਦਾ ਸਮਾਨ ਹੁੰਦਾ ਤੇ ਨਾ ਹੀ ਉਹਦਾ ਪੁੱਤਰ ਹੁੰਦਾ ਉਹ ਆਸੇ-ਪਾਸੇ ਵੇਖਦਾ ਕਹਿੰਦਾ ਵੀ ਚੱਲ ਪਹਿਲਾਂ ਚਾਹ ਲੈਣ ਗਿਆ ਸੀ ਉਦੋਂ ਵੀ ਦੇਰ ਕਰਤੀ ਜਦੋਂ ਖਾਣੇ ਦਾ ਬਿੱਲ ਦੇਣ ਗਿਆ ਸੀ ਉਦੋਂ ਵੀ ਦੇਰ ਕਰਤੀ ਮੇਰਾ ਪੁੱਤਰ ਆ ਜਾਊਗਾ ਕਹਿੰਦਾ ਬਜ਼ੁਰਗੋ ਤੁਸੀਂ ਉੱਤਰੋ ਇਹ ਬੱਸ ਨਾ ਹੁਣ ਦੁਬਾਰਾ ਸਵਾਰੀਆਂ ਚੁੱਕਣ ਜਾਣਾ ਹੈ ਤੁਸੀਂ ਉੱਤਰੋ ਉਹਨੂੰ ਉੱਥੋਂ ਉਤਾਰਦੇ ਨੇ ਉੱਥੇ ਖੜਾ 2 ਘੰਟੇ ਇੰਤਜ਼ਾਰ ਕਰਦਾ ਰਹਿੰਦਾ ਪਰ ਉਹਨੂੰ ਆਸੇ-ਪਾਸੇ ਹਜੇ ਤੱਕ ਉਹਦਾ ਪੁੱਤਰ ਨਹੀਂ ਆਇਆ ਹੁੰਦਾ ਉਦੇ ਮਨ ਵਿੱਚ ਉਹ ਨੂੰ ਆਉਂਦਾ ਕਹਿੰਦਾ ਮੈਂ ਤਾਂ ਸੁਣਿਆ ਸੀ ਕਿ ਬੱਸਾਂ ਵਿੱਚ ਲੋਕ ਕਿਸੇ ਨੂੰ ਕੁਝ ਖਵਾ ਪਿਆ ਕੇ ਤੇ ਬੇਹੋਸ਼ ਕਰਕੇ ਸਾਰਾ ਕੁਝ ਲੁੱਟ ਪਸੋ ਟਿਰ ਜਾਂਦੇ ਤੇ ਮੇਰੇ ਤੇ ਪੁੱਤਰ ਨੇ ਹੀ ਮੈਨੂੰ ਲੁੱਟ ਲਿਆ ਫਿਰ ਵੀ ਆਪਣੇ ਮਨ ਨੂੰ ਦਿਲਾਸਾ ਦਿੰਦਾ ਵੀ ਕੋਈ ਨਾ ਮੇਰਾ ਪੁੱਤਰ ਇੱਥੇ ਹੀ ਹੋਣਾ ਨੇੜੇ ਤੇ ਰੇੜੇ ਹੋਣਾ ਆ ਜਾਂਦਾ ਉਹ ਜਦੋਂ ਬੈਠਾ ਹੋਇਆ ਸੀ ਉਹ ਫੁੱਟਪਾਥ 'ਤੇ ਤੇ ਉਹ ਆਪਣੇ ਆਸੇ-ਪਾਸੇ ਵੇਂਦਾ ਆਪਣੇ ਜੇਬਾਂ ਫਰੋਲਦਾ ਵੀ ਕਿਤੇ ਕੋਈ ਲੱਭ ਜੇ ਉਹਨੂੰ ਆਪਣੀ ਜੇਬ ਦੇ ਵਿੱਚੋਂ 10 ਰੁਪਏ ਦਾ ਨੋਟ ਲੱਭਦਾ ਉਹ 10 ਰੁਪਏ ਦਾ ਨੋਟ ਲੈ ਕੇ ਤੇ ਸਾਹਮਣੇ ਚਾਹ ਵਾਲਾ ਹੁੰਦਾ ਉਹਦੇ ਕੋਲ ਜਾਂਦਾ ਉਹ ਤੋਂ ਇੱਕ ਬਰੈਡ ਤੇ ਚਾਹ ਲੈ ਕੇ ਤੇ ਉੱਥੇ ਪੀ ਲੈਂਦਾ ਉਸ ਤੋਂ ਬਾਅਦ ਉਹਨੂੰ ਭੁੱਖ ਤਾਂ ਲੱਗਣੀ ਸੀ ਉਹਨੂੰ ਭੁੱਖ ਲੱਗਦੀ ਹੈ ਉਹ ਵੱਖ-ਵੱਖ ਦੁਕਾਨਾਂ ਤੇ ਉੱਥੇ ਜਿੰਨੀਆਂ ਹੁੰਦੀਆਂ ਨੇ ਸਾਰਿਆਂ ਨੂੰ ਕਹਿੰਦਾ ਵੀ ਮੈਨੂੰ ਕੰਮ ਦੇ ਦਿਓ ਕੰਮ ਦੇ ਦਿਓ ਪਰ ਕਿਤੋਂ ਵੀ ਉਹਨੂੰ ਕੋਈ ਕੰਮ ਨਹੀਂ ਮਿਲਦਾ ਹੁਣ ਭੁੱਖ ਬਹੁਤ ਜ਼ੋਰਾਂ ਦੀ ਲੱਗੀ ਸੀ ਮਜਬੂਰੀ ਵਸ ਨਾ ਚਾਉਂਦਿਆਂ ਵੀ ਕੰਮ ਦੇ ਹੱਥਾਂ ਨਾਲ ਉਹ ਮੰਗਣਾ ਸ਼ੁਰੂ ਕਰ ਦਿੰਦਾ ਹਾਂ ਜੀ ਮੰਗਦਾ ਹੁੰਦਾ ਹੈ ਅੱਖਾਂ ਵਿੱਚੋਂ ਹੰਝੂ ਹੁੰਦੇ ਨੇ ਐਵੇਂ ਮੰਗਦਿਆਂ ਮੰਗਦਿਆਂ ਅੱਜ 3 ਮਹੀਨੇ ਲੰਘ ਜਾਂਦੇ ਨੇ ਤੇ ਉਹੀ ਮੰਗਦਾ ਹੈ ਉੱਥੇ ਕੁਝ ਖਾ ਪੀ ਕੇ ਤੇ ਉੱਥੇ ਉਹ ਜਿਹਨੇ ਬੱਸ ਸਟੈਂਡ ਸੀ ਉੱਥੇ ਸੌ ਜਾਂਦਾ ਐਵੇਂ ਕਰਦਿਆਂ ਕਰਦਿਆਂ 3 ਮਹੀਨੇ ਦਾ ਸਮਾਂ ਗੁਜ਼ਰ ਗਿਆ ਅੱਜ ਜਦੋਂ ਉਹ ਕੰਬਦੇ ਹੱਥਾਂ ਨਾਲ ਇੱਕ ਬੱਸ ਵਿੱਚ ਚੜ੍ਹਦਾ ਜਦੋਂ ਉੱਥੇ ਕਿਸੇ ਦੇ ਅੱਗੇ ਹੱਥ ਕਰਦਾ ਹੈ ਤਾਂ ਉਹ ਅੱਗੋਂ ਕਹਿੰਦਾ ਵੀ ਤੁਸੀਂ ਵੇਖਣ ਜੀ ਤੇ ਬੜੇ ਬਜ਼ੁਰਗੋ ਵੀ ਸਹੀ ਲੱਗਦੇ ਪਿਓ ਤੁਹਾਡੇ ਹੱਥ ਪੈਰ ਵੀ ਸਲਾਮਤ ਨੇ ਸਰੀਰ ਵੀ ਤੁਹਾਡਾ ਨਿਰੋਇਆ ਫਿਰ ਕਿਉਂ ਮੰਗਦੇ ਹੋ ਕਮਾ ਕੇ ਵੀ ਤਾਂ ਖਾ ਸਕਦੇ ਐਨੇ ਨੂੰ ਬਾਬਾ ਜੀ ਦੇ ਅੱਖਾਂ ਚੋਂ ਬੜੇ ਜਿਆਦਾ ਹੰਝੂ ਵਗਣ ਲੱਗੇ ਉਹ ਜੋ ਮਨੁੱਖ ਨੇ ਕਿਹਾ ਸੀ ਉਹਨਾਂ ਚੁੱਪ ਕਰਾਇਆ ਪਾਣੀ ਦਿੱਤਾ ਜਦੋਂ ਪਾਣੀ ਦਿੱਤਾ ਤੇ ਉਹਨਾਂ ਥੋੜਾ ਤਰਵਾਸ ਹੋਇਆ ਉਹਨਾਂ ਨੂੰ ਸੀਟ ਤੇ ਬਿਠਾਇਆ ਫਿਰ ਉਹ ਬਾਬਾ ਜੀ ਨੇ ਸਾਰੀ ਆਪਣੀ ਕਹਾਣੀ ਉਹ ਮਨੁੱਖ ਨੂੰ ਦੱਸੀ ਕਿੰਦਾ ਬਾਬਾ ਜੀ ਮੈਨੂੰ ਮਾਫ ਕਰਿਓ ਮੈਨੂੰ ਨਹੀਂ ਸੀ ਪਤਾ ਕਿੰਦਾ ਬਾਬਾ ਜੀ ਮੈਂ ਇੱਕ ਅਨਾਥ ਆਸ਼ਰਮ ਚਲਾਉਣਾ ਤੇ ਇੱਕ ਬਜ਼ੁਰਗਾਂ ਦਾ ਜਿੱਥੇ ਆਪਣੇ ਲੋਕ ਛੱਡ ਜਾਂਦੇ ਨੇ ਮੈਂ ਉਹ ਬਜ਼ੁਰਗਾਂ ਦਾ ਆਸ਼ਰਮ ਹੀ ਚਲਾਉਣਾ ਤੁਸੀਂ ਮੇਰੇ ਨਾਲ ਚੱਲੋ ਤੁਸੀਂ ਉੱਥੇ ਆਰਾਮ ਦੀ ਜ਼ਿੰਦਗੀ ਅਤੇ ਸੌਖੀ ਰਹਿ ਲੋਗੇ ਹੁਣ ਉਸ ਮਨੁੱਖਲ ਜੋ ਬਾਬਾ ਜੀ ਸਨ ਉਹਦੇ ਕੋਲ ਹੋਰ ਕੋਈ ਰਾਹ ਨਹੀਂ ਸੀ ਉਹ ਇਸ ਚੀਜ਼ ਨੂੰ ਜ਼ਿਲਤ ਸਮਝਦੇ ਸਨ ਵੀ ਇਹ ਘੱਟ ਤੋਂ ਘੱਟ ਇਹ ਤਾਂ ਛੁੱਟ ਜੂਗੀ ਉੱਥੇ ਜਦੋਂ ਜਾਂਦਾ ਹੈ ਤੇ ਉਹ ਦੇਖਦਾ ਹੈ ਵੀ ਉੱਥੇ ਬੜੇ سارے ਕੋਈ ਨਿੱਕੇ ਨਿੱਕੇ ਬੱਚੇ ਬੜੇ سارے ਇੱਕ ਸਾਈਡ ਜਵਾਬ ਹੁੰਦੇ ਨੇ ਤੇ ਇੱਕ ਸਾਈਡ ਬਾਰੇ ਸਾਰੇ ਬਜ਼ੁਰਗ ਹੁੰਦੇ ਨੇ ਉਹ ਕਹਿੰਦਾ ਉਸ ਮਨੁੱਖ ਨੂੰ ਕਹਿੰਦਾ ਕਿੰਦਾ ਵੀ ਮੈਂ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਮੈਂ ਮੋਥਾਜੀ ਦੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ ਉਹ ਕਹਿੰਦੇ ਠੀਕ ਹੈ ਕਹਿੰਦੇ ਮੈਂ ਵੀ ਐਵੇਂ ਦੇ ਮਨੁੱਖ ਦੀ ਭਾਲ ਕਰਦਾ ਪਿਆ ਸੀ ਵੀ ਜੋ ਜਦੋਂ ਮੈਂ ਜਾਣਾ ਤੇ ਇਹ ਕੰਮ ਇਹਨਾਂ ਦੀ ਦੇਖ ਰਿਕ ਕਰ ਸਕੇ ਇਹਨਾਂ ਦੇ ਖਾਣ ਪੀਣ ਦਾ ਧਿਆਨ ਰੱਖ ਸਕੇ ਜੇ ਕੋਈ ਆਉਂਦਾ ਤੇ ਉਹਦੀ ਦੇਖਭਾਲ ਕਰ ਸਕੇ ਉਹਨਾਂ ਐਵੇਂ ਕਰਦੇ ਕਰਦੇ ਬੜੇ ਜ਼ਿੰਮੇਵਾਰੀ ਨਾਲ 1 ਮਹੀਨੇ ਦੇ ਵਿੱਚ ਸਾਰਾ ਕੰਮ ਸਮਝ ਲਿਆ। ਬੜੀ ਸੇਵਾ ਕਰਦੇ ਸਾਬ ਦੀ। ਐਵੇਂ ਕਰਕੇ ਉਹ ਜਿੰਨੇ ਉੱਥੇ ਬਜ਼ੁਰਗ ਰਹਿੰਦੇ ਸੀ ਬੱਚੇ ਰਨੇ ਸਭ ਨਾਲ ਪਿਆਰ ਹੋ ਗਿਆ। ਸਭ ਦਾ ਵਿਸ਼ਵਾਸ ਵੀ ਜਿੱਤ ਲਿਆ। ਬੜੇ ਚੰਗੇ ਤੇ ਸੋਹਣੇ ਤਰੀਕੇ ਨਾਲ ਉਹਨਾਂ ਸਾਰਾ ਕੰਮ ਸੰਭਾਲ ਕੇ ਤੇ ਚਲਾਉਂਦੇ ਵੀ। ਐਵੇਂ ਕਰਦੇ ਕਰਦੇ ਅੱਜ ਪੂਰੇ 25 ਸਾਲ ਗੁਜ਼ਰ ਗਏ ਤੇ ਪਤਾ ਵੀ ਨਾ ਲੱਗਾ। ਉਹ ਹਰ ਸਾਹ ਨਾਲ ਹਰ ਸਮੇਂ ਕੋਈ ਗੱਲ ਹੁੰਦੀ ਨਾ ਤੇ ਆਪਣੇ ਪੁੱਤ ਦਾ ਜ਼ਿਕਰ ਜ਼ਰੂਰ ਕਰਦੇ ਉਹਨੂੰ ਯਾਦ ਜ਼ਰੂਰ ਕਰਦੇ ਸਭ ਨੇ ਕਹਿਣਾ ਕਿ ਤੇਰਾ ਪੁੱਤ ਤੈਨੂੰ ਜ਼ਰੂਰ ਮਿਲੇਗਾ ਐਵੇਂ ਕਰਦੇ ਕਰਦੇ ਸਮਾਂ ਬੀਤਦਾ ਗਿਆ ਇੱਕ ਦਿਨ ਕੀ ਹੁੰਦਾ ਕਿ ਕਿਸੇ ਕਾਰ ਦਾ ਟਰੱਕ ਦੇ ਨਾਲ ਵੀ ਐਕਸੀਡੈਂਟ ਹੋ ਜਾਂਦਾ ਉਹ ਚ ਬੜੇ ਜਿਆਦੇ ਜ਼ਖਮੀ ਹੋ ਜਾਂਦੇ ਨੇ ਤੇ ਉਹਨਾਂ ਦੇ ਆਸ਼ਰਮ ਦੇ ਸਾਹਮਣੇ ਹੁੰਦੇ ਨੇ ਉਹ ਕੀ ਕਰਦੇ ਆ ਵੀ ਉਹਨਾਂ ਸਾਰਿਆਂ ਨੂੰ ਲਿਆ ਕੇ ਮਲਮ ਪੱਟੀ ਕਰਦੇ ਮਲਮ ਪੱਟੀ ਕਰਕੇ ਹੱਥ ਧੋ ਕੇ ਤੇ ਇੱਕਦਮ ਉਹ ਗੇਟ ਵੱਲ ਨਿਗਾ ਮਾਰਦੇ ਫਿਰ ਤੇ ਇੱਕ ਗੱਡੀ ਆ ਕੇ ਰੁਕਦੀ ਵਿੱਚੋਂ ਇੱਕ ਜੋੜਾ ਨਿਕਲਦਾ ਉਹ ਜੋੜਾ ਬਹੁਤ ਜੋ bari ਹੁੰਦੀ ਏ ਉਹ ਖੋਲ ਕੇ ਤੇ ਵਿੱਚ ਇੱਕ ਕੁਰਸੀ ਥੱਲੇ ਕਰਦਾ ਉਹ ਕੁਰਸੀ ਤੇ ਇੱਕ ਮਨੁੱਖ ਨੂੰ ਉਹ ਵਿੱਚੋਂ ਗੱਡੀ ਤੇ ਉਤਾਰ ਕੇ ਕੁਰਸੀ ਤੇ ਬਿਠਾ ਕੇ ਤੇ ਗੇਟ ਦੇ ਅੱਗੇ ਛੱਡ ਕੇ ਤੇ ਖੜਕਾ ਕੇ ਤੇ ਆਪ ਦੋਵੇਂ ਜੋੜਾ ਉਹ ਵਾਪਸ ਚਲੇ ਜਾਂਦੇ ਨੇ ਗੱਡੀ ਤੇ ਬਾਪੂ ਜੀ ਉਹ ਜੋ ਜਿਹਨੂੰ ਛੱਡ ਕੇ ਗਿਆ ਹੁੰਦੇ ਉਹਨਾਂ ਦੇ ਕੋਲ ਜਾ ਕੇ ਕਹਿੰਦੇ ਆ ਪੁੱਤਰਾ ਮੈਂ ਕਦੋਂ ਦਾ ਤੇਰਾ ਹੀ ਇੰਨੇ ਸਾਲਾਂ ਤੋਂ ਇੰਤਜ਼ਾਰ ਕਰਦਾ ਪਿਆ ਸੀ ਮੈਂ ਸੋਚਦਾ ਪਿਆ ਸੀ ਕਿ ਜੋ ਆਪਣੇ ਪਿਓ ਦਾ ਸੱਕਾ ਨਾ ਹੋ ਸਕਿਆ ਤੇ ਫਿਰ ਉਹਦੀ ਔਲਾਦ ਉਹਦੀ ਕਿਵੇਂ ਸੱਕੀ ਹੋ ਸਕਦੀ ਮੈਂ ਤਾਂ ਫਿਰ ਵੀ ਤੇਰੇ ਲਈ ਖੁਸ਼ ਹਾਂ ਕਿ ਘੱਟ ਤੋਂ ਘੱਟ ਤੇਰੀ ਔਲਾਦ ਤੇਨੂੰ ਐਵੇਂ ਦੇ ਥਾਂ ਤੇ ਤੇ ਛੱਡ ਕੇ ਗਈਏ ਜਿੱਥੇ ਤੂੰ ਠੋਕਰਾਂ ੱੱੱਕੇ ਨਾ ਖਾਏ ਤੂੰ ਤਾਂ ਮੈਨੂੰ ਐਵੇਂ ਦੇ ਥਾਂ ਤੇ ਛੱਡ ਗਿਆ ਸੀ ਜਿੱਥੇ ਮੈਂ ਸਿਰਫ ਤੇ ਸਿਰਫ ੱੱੱਕੇ ਤੇ ਠੋਕਰਾਂ ਹੀ ਖਾਦੀਆਂ ਜਿੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ ਤੂੰ ਤਾਂ ਮੈਨੂੰ ਲਾਚਾਰ ਬਣਾ ਕੇ ਮੰਗਣ ਲਈ ਉੱਥੇ ਛੱਡ ਗਿਆ ਸੀ ਵੀ ਲੋਕਾਂ ਦੇ ਅੱਗੇ ਮੰਗ ਤੇ ਖਾਲੀ ਤੇਰੇ ਤਾਂ ਜੋ ਔਲਾਦ ਐ ਫਿਰ ਵੀ ਤੈਨੂੰ ਐਵੇਂ ਦੀ ਥਾਂ ਛੱਡ ਕੇ ਗਏ ਨੇ ਜਿੱਥੇ ਤੈਨੂੰ ਦੋ ਵਕਤ ਇੱਜ਼ਤ ਦੀ ਰੋਟੀ ਤਾਂ ਮਿਲ ਸਕਦੀ ਐ ਮੈਨੂੰ ਇੱਥੇ ਰਹਿਣ ਲਈ ਥਾਂ ਤੇ ਮਿਲੇਗੀ ਮੈਂ ਤਾਂ ਲੋਕਾਂ ਦੇ ਪੈਰਾਂ ਦੀਆਂ ਠੋਕਰਾਂ ਖਾਂਦਾ ਰਿਆਂ ਮੈਂ ਸੋਚਦਾ ਸੀ ਕਿ ਤੂੰ ਮੈਨੂੰ ਜ਼ਰੂਰ ਮਿਲੇਂਗਾ ਤੇ ਤੂੰ ਮੈਨੂੰ ਅੱਜ ਮਿਲ ਵੀ ਗਿਆ ਹੁਣ ਜਦੋਂ ਉਹਦਾ ਪੁੱਤ ਅੱਖਾਂ ਵਿੱਚ ਹੰਝੂ ਲੈ ਕੇ ਬੜੇ ਜ਼ੋਰ-ਜ਼ੋਰ ਨਾਲ ਰੋ ਰਿਹਾ ਸੀ ਤਾਂ ਬਾਪੂ ਜੀ ਕੋਲ ਕੋਈ ਸ਼ਬਦ ਵੀ ਨਹੀਂ ਸਨ ਕਿ ਉਹਨੂੰ ਚੁੱਪ ਕਰਾ ਸਕਣ ਉਹਨੂੰ ਅੰਦਰ ਲਿਆ ਕੇ ਅਤੇ ਉਹਦੀ ਆਪਣੀ ਜੋ ਵੀ ਉਹਦਾ ਫਰਜ਼ ਪੂਰਾ ਕੀਤਾ ਕਿੰਦੇ ਆ ਪੁੱਤਰਾ ਮੈਂ ਤਾਂ ਆਪਣਾ ਫਰਜ਼ ਪੂਰਾ ਕਰਨਾ ਹੀ ਕਰਨਾ ਜੋ ਬੀਜਦੇ ਆ ਆਪਾਂ ਨੂੰ ਉਹ ਇੱਕ ਦਿਨ ਉਹਦਾ ਫਲ ਮਿਲਦਾ ਹੀ ਮਿਲਦਾ ਆਪਾਂ ਚੰਗਾ ਬੀਜਾਂਗੇ ਤੇ ਆਪਾਂ ਨੂੰ ਚੰਗਾ ਮਿਲੇਗਾ ਜੇ ਰੋਖ ਆਪਾਂ ਕਿਸੇ ਦਾ ਬੀ ਬੀਜਦੇ ਆ ਨਾ ਤੇ ਬੜਾ ਸਾਰਾ ਫਲ ਮਿਲੇਗਾ ਤੇ ਜੇ ਕੰਡੇ ਬੀਜਾਂਗੇ ਤੇ ਬੜੇ سارے ਕੰਡੇ ਹੀ ਮਿਲਣਗੇ